ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸਰਕਾਰੀ ਹਸਪੀਟਲ ਦਾ ਬਾਥਰੂਮ। ਇਸ ਬਾਥਰੂਮ ਦੇ ਵਿੱਚ ਮਰੀਜ਼ ਦੀ ਪਤਨੀ ਨਹਾ ਰਹੀ ਸੀ ਤਾਂ ਇੱਕ ਸ਼ਰਾਰਤੀ ਦੇ ਵੱਲੋਂ ਉਸ ਦੀ ਵੀਡੀਓ ਬਣਾਈ ਗਈ। ਫਿਰ ਉਸ ਸ਼ਰਾਰਤੀ ਦੇ ਵੱਲੋਂ ਮਹਿਲਾ ਨੂੰ ਵੀਡੀਓ ਦਿਖਾਈ ਗਈ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਹੰਗਾਮਾ ਹੋ ਗਿਆ। ਦਰਅਸਲ ਹਸਪੀਟਲ ਦੇ ਮਾੜੇ ਪ੍ਰਬੰਧਾਂ ਦੀ ਇੱਥੇ ਪੋਲ ਖੁੱਲੀ ਹੈ। ਰੋਪੜ ਦਾ ਇਹ ਸਰਕਾਰੀ ਹਸਪੀਟਲ ਹੈ। ਮਰੀਜ਼ ਦੀ ਪਤਨੀ ਰਾਤ 9:30 ਵਜੇ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਤਾਂ ਉੱਪਰੋਂ ਇੱਕ ਸ਼ੀਸ਼ਾ ਟੁੱਟਿਆ ਹੋਇਆ। ਉਸ ਸ਼ੀਸ਼ੇ ਦੇ ਵਿੱਚੋਂ ਕਿਸੇ ਸ਼ਰਾਰਤੀ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਉਸ ਮਹਿਲਾ ਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਉਸ ਸ਼ਰਾਰਤੀ ਨੇ ਫਿਰ ਮਹਿਲਾ ਨੂੰ ਵੀਡੀਓ ਵੀ ਦਿਖਾ ਦਿੱਤੀ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਔਰ ਹਸਪੀਟਲ ਦੇ ਪੁਖਤਾ ਪ੍ਰਬੰਧਾਂ ਤੇ ਵੀ ਸਵਾਲ ਖੜੇ ਹੋਏ ਨੇ। ਤਾਂ ਮਰੀਜ਼ ਦੇ ਵੱਲੋਂ ਕਿਹਾ ਗਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ, ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਬਾਥਰੂਮ ਬੰਦਿਆਂ ਦਾ ਹੈ ਜਾਂ ਕਿ ਔਰਤਾਂ ਦਾ, ਔਰ ਸ਼ਰਾਰਤੀ ਕਿਸਮ ਦੇ ਲੋਕ ਇੱਥੇ ਘੁੰਮਦੇ ਰਹਿੰਦੇ ਨੇ। ਇਸ ਤਰੀਕੇ ਦੇ ਨਾਲ ਰਾਤ ਪੈਣ ਤੇ ਇੱਕ ਮਰੀਜ਼ ਦੀ ਪਤਨੀ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਤਾਂ ਉਸਦੀ ਵੀਡੀਓ ਟੁੱਟੇ ਸ਼ੀਸ਼ੇ ਦੇ ਵਿੱਚੋਂ ਬਣਾਈ ਗਈ। ਫਿਰ ਉਸ ਮਹਿਲਾ ਨੂੰ ਵੀਡੀਓ ਉਸ ਸ਼ਰਾਰਤੀ ਨੇ ਦਿਖਾ ਦਿੱਤੀ, ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਜ਼ੋਰਦਾਰ ਹੰਗਾਮਾ ਹੋ ਗਿਆ। ਫਿਲਹਾਲ ਮਾਮਲਾ ਪੁਲਿਸ ਦੇ ਕੋਲ ਵੀ ਪਹੁੰਚ ਗਿਆ, ਹਾਲੇ ਤੱਕ ਉਸ ਸ਼ਖਸ ਦਾ ਪਤਾ ਨਹੀਂ ਲੱਗਿਆ। ਵੀਡੀਓ ਨੂੰ ਦਿਖਾ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਰੋਪੜ ਦੇ ਸਰਕਾਰੀ ਹਸਪੀਟਲ ਦਾ ਇਹ ਮਾਮਲਾ ਹੈ। ਰਾਤ ਨੂੰ ਘਟਨਾ ਸਾਰੇ ਹੋਈ ਸੀ ਵੀ ਮੈਂ ਤੇ ਮਰੀਜ਼ ਪਿਆ ਮੰਜੇ ਤੇ, ਮੇਰੀ ਘਰ ਦੀ ਉਹ ਗਈ ਸੀ ਇੱਥੇ ਨਹਾਉਣ ਬਾਥਰੂਮ 'ਚ, ਟਾਈਮ 9:15 ਦਾ ਆਉਣਾ, ਨਹਾ ਰਹੀ ਸੀ ਉੱਥੇ ਨਾ, ਗ੍ਰਿਲ ਖੁੱਲ੍ਹੀ ਉੱਪਰ ਵੀ, ਛੱਤ ਵੀ ਖੁੱਲ੍ਹੀ ਆ ਓਪਨ ਆ, ਬੰਦਾ ਕੋਈ ਗੈਰ ਬੰਦਾ ਕੋਈ ਮੁੰਡਾ ਸ਼ਰਾਰਤੀ ਬਣੇ ਕੌਣ ਨਹੀਂ ਆਇਆ, ਉਹ ਇਹਨਾਂ ਦੇ ਨਹਾਉਂਦੇ ਸੀ, ਉਹਨੂੰ ਮੂਵੀ ਬਣਾ ਲਈ, ਮੂਵੀ ਬਣਾ ਲਈ, ਇਹਨੂੰ ਨਹੀਂ ਪਤਾ ਲੱਗਿਆ। ਜਦ ਇਹ ਨਹਾ ਕੇ ਕੱਪੜੇ ਲੈ ਕੇ ਬਾਹਰ ਨਿਕਲੀ ਆ, ਉਹ ਮੁੰਡੇ ਨੂੰ ਮੂਹਰੇ ਘੇਰ ਕੇ ਖੜ ਕੇ ਇਹਨੂੰ ਮੂਵੀ ਦਿਖਾ ਦਿੱਤੀ, ਥੋੜ੍ਹਾ ਕੁਛ ਨਹਿਰਾ ਜਿਹਾ ਪੈਂਦਾ, ਮੂਵੀ ਦਿਖਾ ਦਿੱਤੀ, ਇਹ ਭੱਜ ਕੇ ਇੱਧਰ ਨੂੰ ਆਈ ਆ, ਮੂਹਰੇ ਮੈਡਮ ਆ ਰਹੀ ਸਟਾਫ ਦੀ, ਇਹਨੇ ਮੈਡਮ ਨੂੰ ਗੱਲ ਕਰੀ, ਇੱਦਾਂ ਇਹ ਰੋਣ ਲੱਗ ਗਈ, ਉਹ ਜਦ ਬੰਦਾ ਭੱਜ ਗਿਆ। ਫਿਰ ਬਾਅਦ 'ਚ ਅਸੀਂ ਮੈਡਮ ਨੂੰ ਦੱਸਿਆ, ਸਾਰਾ ਸਟਾਫ ਇਕੱਠਾ ਹੋ ਗਿਆ, ਉਹ ਮੈਡਮ ਆ ਕਹਿੰਦੇ ਇਸਦੇ ਨਾਲ ਬੀਬੀ ਰੋ ਨਾ, ਕੋਈ ਗੱਲ ਨਹੀਂ, ਅਤੇ ਫਿਰ ਐਮਰਜੈਂਸੀ ਗਏ ਬੜੇ ਡਾਕਟਰ, ਉਹ ਬੜੇ ਡਾਕਟਰ ਫਿਰ ਪੁਲਿਸ ਬੁਲਾ ਲਈ ਆ, ਪੁਲਿਸ ਬੁਲਾ ਕੇ ਅਗਲੀ ਕਾਰਵਾਈ ਕੀ ਕੀਤੀ ਕੀ ਨਹੀਂ ਕੀਤੀ, ਇਹਨੇ ਇਹ ਬਿਆਨ ਲਿਖਣਾ ਬੱਚਿਆਂ ਨੂੰ ਗੱਲ, ਬੰਦਾ ਦੇ ਪਛਾਣ 'ਚ ਹੈ ਨਹੀਂ, ਇਸ ਪ੍ਰਬੰਧ ਸਕਿਉਰਟੀ ਦਾ ਹੈ ਹੀ ਨਹੀਂ ਜੀ। ਹੁਣ ਦੇਖੋ ਉਹ ਤਾਂ ਬਾਥਰੂਮ ਖੁੱਲ੍ਹਾ ਓਪਨ ਆ, ਰੋਸ਼ਨਦਾਨ ਖੁੱਲ੍ਹਾ ਆ, ਕੁੰਡੇ ਕੁੰਡੀਆਂ ਹੈ ਨਹੀਂ ਇੱਥੇ, ਤਾਂ ਇਹ ਬੀਬੀਆਂ ਭੈਣਾਂ ਹੁੰਦੀਆਂ, ਜਿੱਦਾਂ ਆਪਣਾ ਘਰ ਹੁੰਦਾ ਸਾਰਾ ਮਰੀਜ਼ ਆਇਆ ਵਾ, ਇੱਥੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੁੰਦੀ, ਇਹ ਥੋੜ੍ਹਾ ਪਤਾ ਵੀ ਇੱਥੇ ਗੁੰਡੇ ਪਾਲਟੀ ਹੁੰਦੀ ਰਾਤ ਨੂੰ, ਅੱਜ ਇਹ ਵਿਆਹੀ ਵਰੀ ਹੈ ਬੁੜੀ, ਕੋਈ ਗੱਲ ਨਹੀਂ, ਕੱਲ੍ਹ ਨੂੰ ਕੁੜੀ ਗੱਤਰੀ ਹੋਵੇ ਉਹਦੇ ਨੈੱਟ 'ਤੇ ਫੁਰਕੇ ਡਾਵੇ, ਉਹਨਾਂ ਕੀ ਕੀਤੀ, ਇੱਥੇ ਸਕਿਉਰਟੀ ਦਾ ਪ੍ਰਬੰਧ ਹੈ ਨਹੀਂ, ਨਾ ਉੱਥੇ ਕੈਮਰਾ ਲੱਗਾ ਵਾ, ਇਹ ਥੱਲੇ ਮੇਨ ਗੇਟ 'ਤੇ ਐਂਟਰੀ ਹੋਣੀ ਚਾਹੀਦੀ, ਕਿਹੜਾ ਬੰਦਾ ਆ ਰਿਹਾ ਕਿਹੜਾ ਜਾ ਰਿਹਾ, ਉੱਥੇ ਰਜਿਸਟਰਡ ਹੋਣਾ ਚਾਹੀਦਾ ਸਕਿਉਰਟੀ ਕੋਲ, ਇੱਥੇ ਕੋਈ ਇੱਦਾਂ ਦੀ ਗੱਲਬਾਤ ਹੈ ਹੀ ਨਹੀਂ। ਫਿਰ ਅਸੀਂ ਮਾਰ ਕਿੱਥੋਂ ਖਾ ਗਿਆ ਜੀ, ਕੱਲ੍ਹ ਸਾਨੂੰ ਉਸ ਮੈਡਮਾਂ ਨੇ ਕਿਹਾ ਆਵਾਜ਼ ਮਾਰ ਕੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ, ਬਾਕੀ ਕੋਈ ਬੰਦਾ ਨਹੀਂ ਹੋਣਾ ਚਾਹੀਦਾ, ਅੱਗੇ ਬੰਦੇ ਬੈਠੇ ਹੁੰਦੇ ਆ, ਉਹ ਸਾਡੇ ਜਿਹੜੇ ਆਏ ਸੀ ਕੁੜੀਆਂ ਕਹਿੰਦੇ ਅਸੀਂ ਉਹ ਵੀ ਤੁਹਾਨੂੰ ਭੇਜਦੇ ਹਾਂ, ਅਸੀਂ ਇਕੱਲਾ ਰਹਿ ਗਿਆ ਮੈਂ, ਇਹ ਨਹਾਉਣਗੇ ਬਾ, ਇਹ ਵਾਰਦਾਤ ਹੋਈ ਆ, ਅੱਗੇ ਨੂੰ ਪ੍ਰਸ਼ਾਸਨ ਦੀ ਮਰਜ਼ੀ ਕੀ ਕਰਦਾ ਕੀ ਨਹੀਂ। ਰਾਤੀ ਕੋਈ 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਵਾਰਡ ਦੇ ਵਿੱਚ, ਉਸਦੇ ਨਾਲ ਕੋਈ ਅਟੈਂਡੈਂਟ ਹੈ, ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਆ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ, ਪਰ ਉੱਥੇ ਮੌਕੇ 'ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਅਤੇ ਹੋਰ ਜਿਹੜੇ ਵਰਕਰ, ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ,
ਅਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਅਤੇ ਮੈਂ ਉਹਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਅਤੇ ਪੁਲਿਸ ਇਨਫੋਰਮੇਸ਼ਨ ਭੇਜੋ। ਪੁਲਿਸ ਵੀ ਆਈ ਸਿਟੀ ਰੋਪੜ ਤੋਂ, ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ। ਅਤੇ ਇਹ ਸੀਗੀ ਅਤੇ ਇਹਦੇ ਵਿੱਚ ਉਹਨਾਂ ਵੱਲੋਂ ਪੁਲਿਸ ਵੱਲੋਂ ਪੂਰੀ ਜਿਹੜੀ ਕਾਰਵਾਈ ਜੋ ਆ ਬਣਦੀ ਕਾਰਵਾਈ ਕੀਤੀ। ਹੋ ਰਹੀਆਂ ਤਾਂ ਇਹ ਸਿਕਿਉਰਿਟੀ ਤਾਂ ਦੇਖੋ ਇੱਕ ਰੀਜ਼ਨ ਹੈ ਹੀ, ਪਰ ਹੁਣ ਸਾਡੇ ਲੈਵਲ 'ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ। ਜੇ ਜੋ ਸਾਡੇ ਕੋਲ ਮੌਜੂਦਾ ਹੈਗੇ ਨੇ ਰਿਸੋਰਸਿਸ ਉਹਦੇ ਨਾਲ ਅਸੀਂ CCTV ਕੈਮਰੇਜ਼ ਲਗਵਾਏ ਨੇ ਅਤੇ ਸਿਕਿਉਰਿਟੀ ਦੇ ਵੀ ਦੋ ਮੁਲਾਜ਼ਮ ਹੁੰਦੇ ਨੇ, ਇੱਕ ਐਮਰਜੈਂਸੀ ਵਿੱਚ ਹੁੰਦਾ, ਇੱਕ ਲੇਬਰ ਰੂਮ ਦੇ ਵਿੱਚ ਹੁੰਦਾ। ਅਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਅਤੇ ਹੋਰ ਵੀ ਜਿਹੜੇ ਸਿਕਿਉਰਿਟੀ ਗਾਰਡਾਂ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਅਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਟਿਊਸ਼ਨ ਹੈਗੇ ਹੋਸਪਿਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਅਤੇ ਉੱਥੇ ਵੀ ਜੋ ਬਣਦੀ ਕਾਰਵਾਈ ਹੈ ਸਿਕਿਉਰਿਟੀ ਪੱਖੋਂ ਅਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਪੂਰੇ ਅਸੀਂ ਵਚਨਬੱਧ ਹੈਗੇ ਅਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ। ਐਕਚੁਲੀ ਇਸ ਤਰ੍ਹਾਂ ਹੈ ਕਿ ਸਿਵਲ ਹੋਸਪਿਟਲ ਰੋਪੜ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਜਿਹਦੇ ਆਧਾਰ 'ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਜਿਹੜਾ ਨਾਲ ਦੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਲੇਡੀ ਨੇ ਪੁਲਿਸ ਪਾਸ ਬਿਆਨ ਦਾ ਕਿ ਉਹ ਆਪਣੇ ਜਿਹੜਾ ਹਸਬੈਂਡ ਦੇ ਇਲਾਜ ਲਈ ਹੋਸਪਿਟਲ ਆਈ ਸੀ, ਬਟ ਕੋਈ ਕਰੀਬ 9:15 ਜਦੋਂ ਵਾਸ਼ਰੂਮ 'ਚ ਨਹਾਉਣ ਲੱਗੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਦੀ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹਨੇ ਬਾਅਦ 'ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਹੀਂ ਚਾਹੀ ਤਾਂ ਉਹ ਜਿਹੜਾ ਲੜਕਾ ਉੱਥੋਂ ਭੱਜ ਗਿਆ। ਸੋ ਅਸੀਂ ਉਹ ਜਿਹੜੀ ਲੇਡੀ ਆ ਉਹਦੇ ਬਿਆਨਾਂ ਦੇ ਆਧਾਰ 'ਤੇ ਅਨਨੋਨ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਅਤੇ ਇਨਵੈਸਟੀਗੇਸ਼ਨ ਜਾਰੀ।